ਮੈਂ ਰਖਿੰਦਰ ਸਿੰਘ ਗਾਬੜੀਆ ਕੋਸਲ ਵਾਰਡ ਨੰਬਰ 4 ਤੋਂ ਜਦੋਂ ਮੈਂ 2012 ਤੋਂ ਇੱਥੋਂ ਇਲੈਕਸ਼ਨ ਲੜਾਂ ਤਾਂ ਬਹੁਤ ਕੰਮ ਪੈਂਡਿੰਗ ਸੀ ਪਿਛਲੀ ਜੋ ਇੱਥੇ ਇਲੈਕਸ਼ਨ 'ਚ ਲਗਾਤਾਰ ਮੈਨੂੰ ਵਾਰਡ ਤੋਂ ਕਾਂਗਰਸ ਦੀ ਪਹੁੰਚ ਜਿੱਤਦੀ ਆ ਰਹੀ ਸੀ ਪਰ ਉਹਨੇ ਕੋਈ ਮਸਲਾ ਨਹੀਂ ਸੀ ਹੱਲ ਕਰਾਇਆ। ਜਦੋਂ ਮੈਨੂੰ ਉੱਥੇ ਜਿੱਤਣ ਦਾ ਮੌਕਾ ਮਿਲਿਆ ਤਾਂ ਇੱਥੇ ਕਰੀਬ 24 ਕਰੋੜ ਦੇ ਕਰੀਬ ਜੋ ਇੱਥੇ ਕੰਮ ਹੋ ਚੁੱਕਿਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਨ੍ਹਾਂ ਨੇ ਸਪੈਸ਼ਲ ਮੇਰੇ ਇਲੈਕਸ਼ਨ 'ਚ ਆ ਕੇ ਇੱਥੇ ਸੰਬੋਧਨ ਕਰਕੇ ਕਿਹਾ ਸੀਗਾ ਵੀ ਇਸ ਵਾਰਡ ਨੂੰ ਅਸੀਂ ਸਪੈਸ਼ਲ ਫੰਡ ਦੇਵਾਂਗੇ। ਉਹਨਾਂ ਉਹ ਵਾਅਦਾ ਪੂਰਾ ਕੀਤਾ। ਮੈਂ ਧੰਨਵਾਦ ਕਰਦਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਨ੍ਹਾਂ ਨੇ ਆਤਮ ਨਿਰਭਰ ਹਲਕੇ ਲਈ ਅਤੇ ਵਾਰਡ ਨੰਬਰ 4 ਲਈ ਜਿੰਨੇ ਵੀ ਇਹਨਾਂ 'ਚ ਵਾਰਡ ਪੈਂਦੇ ਨੇ ਉਹਨੇ ਵੱਧ ਤੋਂ ਵੱਧ ਪੈਸੇ ਦੇ ਕੇ ਜੋ ਇਸ ਹਲਕੇ ਦੀ ਡਿਵੈਲਪਮੈਂਟ ਕਰਾਈ ਹੈ। 43 ਕਰੋੜ ਰੁਪਇਆ ਜੋ ਆਤਮ ਨਿਰਭਰ ਹਲਕੇ ਲਈ ਇੱਕ ਕਿਸ਼ਤ ਆ ਚੁੱਕੀ ਹੈ। ਤੁਸੀਂ ਦੇਖੋ ਅਲੱਗ ਅਲੱਗ ਜੋ ਵਾਰਡ ਨੇ ਚਾਹੇ ਜਿਹੜਾ ਵੀ ਵਾਰਡ ਆ ਉਹ 'ਚ ਬੜੇ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲ ਰਹੇ ਨੇ, ਚਾਹੇ ਉਹ ਸੀਵਰੇਜ ਦਾ ਹੋਵੇ, ਚਾਹੇ ਉਹ ਗਲੀਆਂ ਨਾਲੀਆਂ ਦਾ ਹੋਵੇ, ਆਰ ਐਮ ਸੀ ਦਾ ਹੋਵੇ, ਚਾਹੇ ਉਹ ਟਾਈਲਾਂ ਦਾ ਹੋਵੇ, ਬੜੇ ਜ਼ੋਰ ਨਾਲ ਕੰਮ ਚੱਲ ਰਹੇ ਨੇ। ਸਰ 17 ਦੀ ਇਲੈਕਸ਼ਨ ਆ, ਇਹ 100% ਅਸੀਂ ਜਿੱਤਾਂਗੇ। ਤੀਸਰੀ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਸਰਕਾਰ ਬਣਨ ਜਾ ਰਹੀ ਹੈ। ਇਹ ਜੋ ਮੇਨ ਮੁੱਦਾ ਹੋਊਗਾ ਵਿਕਾਸ ਦਾ ਮੁੱਦਾ, ਤੁਸੀਂ ਦੇਖੋਗੇ ਪੰਜਾਬ 'ਚ ਸਾਰੇ ਪਾਸੇ ਹੀ ਜਿੰਨੇ ਵੀ ਹਾਈਵੇ ਨੇ, ਚਾਹੇ ਉਹ 8 ਲਾਈਨ ਹੋਵੇ, ਚਾਹੇ 6 ਲਾਈਨ ਆ, ਚਾਹੇ 4 ਲਾਈਨ ਆ, ਉਹ ਪਹਿਲਾਂ 2-2 ਲਾਈਨਾਂ ਦੇ ਸੀ ਜਿਨ੍ਹਾਂ ਨੂੰ ਵੱਡਾ ਕਰ ਦਿੱਤਾ ਗਿਆ ਹੈ। ਅਤੇ ਸਰਕਾਰ ਨੇ ਕਈ ਹਜ਼ਾਰ ਮੈਂ ਮੰਨੂਗਾ ਕਈ ਹਜ਼ਾਰ ਕਰੋੜ ਦੀਆਂ ਜੋ ਡਿਵੈਲਪਮੈਂਟ ਆ ਉਹ ਜ਼ੋਰਾਂ ਨਾਲ ਚੱਲ ਰਹੀ। ਜੋ ਕੋਈ ਵੀ ਇਨਸਾਨ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਭੱਜੇ ਆਪਣੇ ਮੁੱਦੇ ਨੂੰ ਛੱਡ ਕੇ ਹੋਰ ਪਾਸੇ ਤੁਰਦਾ ਹਮੇਸ਼ਾ ਫੇਲ ਹੀ ਹੁੰਦਾ। ਇੱਦਾਂ ਹੀ ਸਿਮਰਜੀਤ ਬੈਂਸ ਦਾ ਹਾਲ ਹੈ, ਇੱਥੋਂ MLA ਜ਼ਰੂਰ ਉਹ ਜਿੱਤਿਆ, ਪਰ ਉਹਨੇ ਲੋਕਾਂ ਦਾ ਕੋਈ ਵੀ ਕੰਮ ਆ ਜੋ ਨਹੀਂ ਕਰਾ ਸਕਿਆ, ਚਾਹੇ ਉਹ ਡਿਵੈਲਪਮੈਂਟ ਸੀ, ਚਾਹੇ ਉਹਨਾਂ ਨੇ ਪਰਸਨਲ ਕੰਮ ਸੀ। ਅੱਜ ਲੋਕ ਦਰ ਦਰ ਭਟਕ ਰਹੇ ਨੇ ਅਤੇ 3 ਸਾਲ ਜਦੋਂ ਕੋਈ ਕੰਮ ਨਾ ਕਰਾਉਂਦੇ ਸੀ ਤਾਂ ਜਦੋਂ 3 ਸਾਲ ਬੀਤ ਜਾਣ ਤੋਂ ਬਾਅਦ 2015 ਲੋਕ ਸਾਡੇ ਕੋਲ ਆਏ ਵੀ ਇਹ ਕੰਮ ਰੁਕੇ ਨੇ, ਤਾਂ ਅਸੀਂ ਉਹ ਕੰਮਾਂ ਦਾ ਬੀੜਾ ਚੱਕ ਕੇ ਗਾਭੇ ਸਾਹਮਣੇ ਸੁਖਬੀਰ ਜੀ ਨੂੰ ਮਿਲ ਕੇ ਤਾਂ ਹੀ ਦੋਨੋਂ ਹਲਕਿਆਂ ਲਈ ਸੋਟ ਲਈ ਅਤੇ ਆਤਮ ਲਈ ਫੰਡ ਲਿਆਉਂਦੇ ਨੇ, ਉਹਨਾਂ ਨਾਲ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਹਨ। ਮੈਂ ਮੰਨੂਗਾ ਵੀ ਨਜਾਇਜ਼ ਅਸਲੇ ਲਈ ਕੋਈ ਐਡੀ ਗੱਲ ਨਹੀਂ ਹੈ। ਅਸਲੇ ਤਕਰੀਬਨ ਉਹਨਾਂ ਲੋਕਾਂ ਦੇ ਬਣੇ ਹੋਏ ਨੇ ਜਿਨ੍ਹਾਂ ਦੀ 35 ਜਾਂ 40 ਸਾਲ ਤੋਂ ਵੱਧ ਉਮਰ ਹੈ। ਕੋਸ਼ਿਸ਼ ਕੀਤੀ ਹੈ ਸਰਕਾਰ ਨੇ ਵੀ ਜਿਹੜੇ ਘੱਟ ਉਮਰ ਦੇ ਨੌਜਵਾਨ ਨੇ ਉਹਨਾਂ ਨੂੰ ਅਸਲੇ ਦਾ ਲਾਇਸੈਂਸ ਨਾ ਬਣਾ ਦਿੱਤਾ ਜਾਵੇ।